ਭਿਆਨਕ ਹਾਦਸਾ ਵਾਪਰਿਆ ਹੈ। ਟਰੱਕ ਅਤੇ ਆਟੋ ਦੇ ਵਿਚਾਲੇ ਟੱਕਰ ਹੋਈ ਹੈ। ਮਾਮਲਾ ਅਬੋਹਰ ਦਾ ਹੈ, ਜਿੱਥੇ ਕਿ ਇੱਕ ਬੇਕਾਬੂ ਰਫ਼ਤਾਰ 'ਚ ਆ ਰਹੇ ਆਟੋ ਦੀ ਸੜਕ 'ਤੇ ਜਾ ਰਹੇ ਟਰੱਕ ਨਾਲ ਟੱਕਰ ਹੋਈ ਹੈ। ਇਹ ਦੋਵੇਂ ਆਟੋ ਅਤੇ ਟਰੱਕ ਅਬੋਹਰ ਤੋਂ ਆ ਰਹੇ ਸੀ। ਮਿਲੀ ਜਾਣਕਾਰੀ ਮੁਤਾਬਿਕ ਆਟੋ ਚਾਲਕ ਆਪਣੇ ਆਟੋ 'ਚ ਸਟੀਲ ਦੀ ਗ੍ਰਿਲ, ਪਾਈਪਾਂ ਸਣੇ ਹੋਰ ਸਮਾਨ ਲੱਦੇ ਆ ਰਿਹਾ ਸੀ ਅਤੇ ਰਾਹ 'ਚ ਹੀ ਉਸਦਾ ਆਟੋ ਬੇਕਾਬੂ ਹੋ ਗਿਆ ਅਤੇ ਉਹ ਅੱਗੇ ਜਾ ਰਹੇ ਟਰੱਕ ਦੇ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਦੇ ਪੜਖੱਚੇ ਉੱਡ ਗਏ। ਘਟਨਾ ਵਾਲੀ ਥਾਂ 'ਤੇ ਮੌਕੇ 'ਤੇ ਹੀ ਹਫੜਾ ਦਫੜੀ ਮੱਚ ਗਈ ਅਤੇ ਆਸੇ ਪਾਸੇ ਦੇ ਲੋਕ ਵੀ ਉਸ ਜਗ੍ਹਾ 'ਤੇ ਇਕੱਠੇ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਆਟੋ ਚਾਲਕ ਨੂੰ ਆਟੋ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਸਥਾਨਕ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਜ਼ਖਮੀ ਆਟੋ ਚਾਲਕ ਨੂੰ ਇਲਾਜ ਲਈ ਹਸਪਤਾਲ ਭੇਜਿਆ। ਇਸ ਹਾਦਸੇ ਦੇ ਦੌਰਾਨ ਆਟੋ ਚਾਲਕ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਫਿਲਹਾਲ ਉਹ ਜੇਰੇ ਇਲਾਜ ਹੈ। ਹਾਲਾਂਕਿ ਟਰੱਕ ਚਾਲਕ ਦਾ ਕਹਿਣਾ ਹੈ ਕਿ ਉਹ ਆਪਣੇ ਰਾਹ ਨੂੰ ਜਾ ਰਿਹਾ ਸੀ ਅਤੇ ਪਿੱਛੋਂ ਦੀ ਤੇਜ਼ ਰਫ਼ਤਾਰ 'ਚ ਆ ਰਿਹਾ ਆਟੋ ਉਸਦੇ ਟਰੱਕ 'ਚ ਆ ਵੱਜਿਆ। ਫਿਲਹਾਲ ਆਟੋ ਚਾਲਕ ਗੰਭੀਰ ਜ਼ਖਮੀ ਹੈ ਅਤੇ ਹਸਪਤਾਲ 'ਚ ਉਸਦਾ ਇਲਾਜ ਚੱਲ ਰਿਹਾ ਹੈ। ਪਹਿਲਾਂ ਇਹ ਆ ਰਿਹਾ ਸੀ, ਮੰਡੀਲੀ ਤੋਂ ਆ ਰਿਹਾ ਸੀ, ਕੁਛ ਸਮਾਨ ਲੈ ਕੇ ਆ ਰਿਹਾ ਸੀਗਾ। ਠੀਕ ਹੈ। ਅਤੇ ਅਬੋਹਰ ਨੂੰ ਜਾ ਰਿਹਾ ਸੀਗਾ। ਠੀਕ ਹੈ। ਅਤੇ ਉਹਦਾ ਸੇਮਨਾਲੇ ਦੇ ਉੱਪਰ ਹੀ, ਜਿਹੜਾ ਮਾਂਗਾ ਰੋਡ ਦੇ ਉੱਪਰ ਸੇਮਨਾਲੇ ਦੇ ਉੱਪਰ ਹੀ ਇੱਕ ਟਰੈਕਟਰ ਦੇ ਨਾਲ ਜਿਹੜਾ ਕਿ ਲੱਕੜਾਂ ਵਗੈਰਾ ਚੱਲਦਾ ਸੀਗਾ ਉਹਦੇ ਨਾਲ ਹੋਈ ਹੈ, ਸਾਈਡ ਲੱਗੀ ਹੈ। ਠੀਕ ਹੈ। ਜਦੋਂ ਮੈਂ ਆਟੋ ਵਾਲੇ ਨੂੰ ਪੁੱਛਿਆ ਕਿ ਗੱਲ ਹੈਗੀ ਹੈ ਤਾਂ ਉਹਨੇ ਦੱਸਿਆ, ਕਹਿੰਦਾ ਜੀ ਮੇਰੀ ਹੀ ਗਲਤੀ ਹੈਗੀ ਹੈ, ਮੇਰੇ ਤੋਂ ਟੈਂਪੂ ਡੋਲ ਗਿਆ ਸੀ। ਠੀਕ ਹੈ। ਈਵਨ ਸਿੰਪਤੀ ਬੇਸ 'ਤੇ ਜਿਹੜਾ ਟਰੈਕਟਰ ਵਾਲਾ ਉਹ ਨਾਲ ਹੀ ਗਿਆ ਉਸਦੇ ਜੀ, ਉਹ ਬਿਲਕੁਲ ਬਿਲਕੁਲ ਸਾਈਡ ਲੱਗੀ ਹੈ ਜੀ ਉਸਦੇ, ਜਦੋਂ ਇਹਦਾ ਸਮਾਨ ਸੀਗਾ ਕੋਈ ਡੋਲ ਗਿਆ ਹੈਗਾ। ਠੀਕ ਹੈ। ਇੱਕ ਚੋਟ ਲੱਗੀ ਹੈ, ਹੈਡ ਇੰਜਰੀ ਹੈ, ਕੁਛ ਇਹਦੇ ਸਕ੍ਰੈਚ ਵਗੈਰਾ ਹੈਗੇ ਆ ਪੈਰ 'ਤੇ। ਠੀਕ ਹੈ। ਕਾਫੀ ਟੈਂਪੂ ਡੈਮੇਜ ਜ਼ਰੂਰ ਕਾਫੀ ਹੋ ਗਿਆ, ਨੁਕਸਾਨ ਹੋ ਗਿਆ ਉਸਦਾ। ਬਿਲਕੁਲ। ਬੰਦਾ ਇੱਕ ਵਾਰੀ ਹੋਸ਼ ਸੀਗਾ ਉਹ ਲੈ ਕੇ ਗਏ ਹੋਏ ਹਸਪਤਾਲ। ਠੀਕ ਹੈ। ਕ੍ਰੋਸ ਕੀਤਾ, ਸੇਮ ਨਾਲ ਕ੍ਰੋਸ ਕੀਤਾ ਸੀ, ਖੇਤ ਉਤਰੇ ਜਾਂ ਨੀਚੇ, ਅਤੇ ਬਸ ਇੰਨੀ ਆਵਾਜ਼ ਆਈ ਅਤੇ ਬਾਹਰ ਆ ਗਏ ਸੀ। ਕਾਫੀ ਡੈਮੇਜ ਹੈ ਜੀ, ਨੁਕਸਾਨ ਤਾਂ ਹੋਇਆ ਹੀ ਹੈ ਜੀ ਉਸਦਾ ਆਪਦਾ। ਪਤਾ ਲੱਗਿਆ ਇਹ ਮੰਡੀਲੀ ਦਾ ਹੈ ਜੀ, ਸਾਧੂ ਸ਼ਹਿਰ ਦਾ ਹੈ ਜੀ, ਆਟੋ ਵਗੈਰਾ ਚਲਾਉਂਦਾ ਹੈਗਾ। ਠੀਕ ਹੈ। ਅਤੇ ਸਮਾਨ ਲੈ ਕੇ ਆ ਰਹੇ ਸੀ ਅਬੋਹਰ। ਠੀਕ ਹੈ। ਐਕਸੀਡੈਂਟ ਹੋਇਆ, ਮੈਂ ਆਪਦੀ ਸਾਈਡ ਜਾਈ ਜਾਂਦਾ ਸੀਗਾ, ਠੀਕ ਹੈ, ਐਨਾ ਦੂਜੀ ਸਾਈਡ ਤੋਂ ਲਿਆ ਕੇ ਪਿਛਲੀ ਸਾਈਡ ਮੇਰੇ ਮਾਰਿਆ ਹਾਲੇ ਦੀ। ਠੀਕ ਹੈ। ਹਾਲੇ ਦਾ ਨਿਸ਼ਾਨ ਪਿਆ, ਜ਼ਿਮੀਂਦਾਰ ਉੱਥੇ ਗਾਂ ਹੈਗਾ, ਟਰੱਕ ਕੱਢੀ ਜਾਂਦਾ ਉਹ ਗਾਹ ਹੈਗਾ, ਉਹਨੂੰ ਪੁੱਛਿਆ ਜਾਵੇ ਸੱਚ ਕੀ ਹੈਗਾ ਵੀ ਕਿਹਨੇ ਪਿੱਛੋਂ ਮਾਰਿਆ, ਕਿਹਨੂੰ ਅੱਗੋਂ ਮਾਰਿਆ, ਕਿਹਦੀ ਗਲਤੀ ਹੈ। ਸੂਚਨਾ ਮਿਲੀ 112 ਨੰਬਰ ਕਾਲ ਤੋਂ ਵੀ ਐਕਸੀਡੈਂਟ ਹੋਇਆ ਰਾਮਸਰਾ ਸਾਈਨ ਵਾਲੇ ਦੇ ਕੋਲ। ਤੁਰੰਤ ਪਹੁੰਚੇ ਤਾਂ ਦੇਖਿਆ ਵੀ ਇੱਕ ਆਟੋ ਅਤੇ ਟਰੈਕਟਰ ਟਰਾਲੀ ਵਾਲੇ ਦਾ ਐਕਸੀਡੈਂਟ ਹੋਇਆ, ਜਿਹਦੇ ਵਿੱਚ ਵੀ ਆਟੋ ਚਾਲਕ ਨੇ ਕੋਲੋਂ ਜ਼ਿਆਦਾ ਪਤਾ ਸੀ, ਜਿਹਦੇ 'ਚ ਐਂਬੂਲੈਂਸ ਰਹੀ ਸੀ, ਹੋਸਪਿਟਲ ਭੇਜਿਆ ਗਿਆ ਜੀ, ਹੁਣ ਉੱਥੇ ਜਿਹੜੇ ਇਲਾਜ ਹੈ। ਸਰ ਇਹੀ ਹੈ ਵੀ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਹੋਰ ਹੁੰਦਾ ਤਾਂ 112 'ਤੇ ਕੋਲ ਕਰਿਆ ਕਰੋ, ਨਾਲ 108 'ਤੇ ਵੀ ਕਰਿਆ ਕਰੋ, ਕਿਉਂਕਿ 112 ਦੀ ਸਰਵਿਸ ਅੱਜ ਕੱਲ੍ਹ ਥੋੜ੍ਹੀ ਜ਼ਿਆਦਾ ਫਾਸਟ ਹੋ ਰਹੀ, ਨਾਲ ਦੇ ਨਾਲ ਅਸੀਂ ਪਹੁੰਚ ਰਹੇ। ਭਿਆਨਕ ਹਾਦਸਾ ਵਾਪਰਿਆ ਹੈ, ਟਰੱਕ ਅਤੇ ਆਟੋ ਦੇ ਵਿਚਾਲੇ ਟੱਕਰ ਹੋਈ ਹੈ। ਮਾਮਲਾ ਅਬੋਹਰ ਦਾ ਹੈ, ਜਿੱਥੇ ਕਿ ਇੱਕ ਬੇਕਾਬੂ ਰਫ਼ਤਾਰ 'ਚ ਆ ਰਹੇ ਆਟੋ ਦੀ ਸੜਕ 'ਤੇ ਜਾ ਰਹੇ ਟਰੱਕ ਨਾਲ ਟੱਕਰ ਹੋਈ ਹੈ। ਇਹ ਦੋਵੇਂ ਆਟੋ ਅਤੇ ਟਰੱਕ ਅਬੋਹਰ ਤੋਂ ਆ ਰਹੇ ਸੀ। ਮਿਲੀ ਜਾਣਕਾਰੀ ਮੁਤਾਬਿਕ ਆਟੋ ਚਾਲਕ ਆਪਣੇ ਆਟੋ 'ਚ ਸਟੀਲ ਦੀ ਗ੍ਰਿਲ, ਪਾਈਪਾਂ ਸਣੇ ਹੋਰ ਸਮਾਨ ਲੱਦੇ ਆ ਰਿਹਾ ਸੀ ਅਤੇ ਰਾਹ 'ਚ ਹੀ ਉਸਦਾ ਆਟੋ ਬੇਕਾਬੂ ਹੋ ਗਿਆ ਅਤੇ ਉਹ ਅੱਗੇ ਜਾ ਰਹੇ ਟਰੱਕ ਦੇ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਦੇ ਪੜਖੱਚੇ ਉੱਡ ਗਏ। ਘਟਨਾ ਵਾਲੀ ਥਾਂ 'ਤੇ ਮੌਕੇ 'ਤੇ ਹੀ ਹਫੜਾ ਦਫੜੀ ਮੱਚ ਗਈ ਅਤੇ ਆਸੇ ਪਾਸੇ ਦੇ ਲੋਕ ਵੀ ਉਸ ਜਗ੍ਹਾ 'ਤੇ ਇਕੱਠੇ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਆਟੋ ਚਾਲਕ ਨੂੰ ਆਟੋ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਸਥਾਨਕ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਜ਼ਖਮੀ ਆਟੋ ਚਾਲਕ ਨੂੰ ਇਲਾਜ ਲਈ ਹਸਪਤਾਲ ਭੇਜਿਆ। ਇਸ ਹਾਦਸੇ ਦੇ ਦੌਰਾਨ ਆਟੋ ਚਾਲਕ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਫਿਲਹਾਲ ਉਹ ਜੇਰੇ ਇਲਾਜ ਹੈ। ਹਾਲਾਂਕਿ ਟਰੱਕ ਚਾਲਕ ਦਾ ਕਹਿਣਾ ਹੈ ਕਿ ਉਹ ਆਪਣੇ ਰਾਹ ਨੂੰ ਜਾ ਰਿਹਾ ਸੀ ਅਤੇ ਪਿੱਛੋਂ ਦੀ ਤੇਜ਼ ਰਫ਼ਤਾਰ 'ਚ ਆ ਰਿਹਾ ਆਟੋ ਉਸਦੇ ਟਰੱਕ 'ਚ ਆ ਵੱਜਿਆ। ਫਿਲਹਾਲ ਆਟੋ ਚਾਲਕ ਗੰਭੀਰ ਜ਼ਖਮੀ ਹੈ ਅਤੇ ਹਸਪਤਾਲ 'ਚ ਉਸਦਾ ਇਲਾਜ ਚੱਲ ਰਿਹਾ ਹੈ।
ਪਹਿਲਾਂ ਇਹ ਆ ਰਿਹਾ ਸੀ ਮੰਡੀਲੀ ਤੋਂ ਆ ਰਿਹਾ ਸੀ, ਕੁਛ ਸਮਾਨ ਲੈ ਕੇ ਆ ਰਿਹਾ ਸੀਗਾ, ਠੀਕ ਹੈ, ਅਤੇ ਅਬੋਹਰ ਨੂੰ ਜਾ ਰਿਹਾ ਸੀਗਾ, ਠੀਕ ਹੈ, ਅਤੇ ਉਹਦਾ ਸੇਮ ਨਾਲੇ ਦੇ ਉੱਪਰ ਹੀ ਜਿਹੜਾ ਮਾਂਗਾ ਰੋਡ ਦੇ ਉੱਪਰ ਸੇਮ ਨਾਲੇ ਦੇ ਉੱਪਰ ਹੀ ਇੱਕ ਟਰੈਕਟਰ ਦੇ ਨਾਲ ਜਿਹੜਾ ਕਿ ਲੱਕੜਾਂ ਵਗੈਰਾ ਚੱਲਦਾ ਸੀਗਾ ਉਹਦੇ ਨਾਲ ਹੋਈ ਹੈ, ਸਾਈਡ ਲੱਗੀ ਹੈ। ਜਦੋਂ ਮੈਂ ਆਟੋ ਵਾਲੇ ਨੂੰ ਪੁੱਛਿਆ ਕਿ ਕੀ ਗੱਲ ਹੈਗੀ ਹੈ ਤਾਂ ਉਹਨੇ ਦੱਸਿਆ, ਕਹਿੰਦਾ ਜੀ ਮੇਰੀ ਹੀ ਗਲਤੀ ਹੈਗੀ ਹੈ, ਮੇਰੇ ਤੋਂ ਟੈਂਪੂ ਡੋਲ ਗਿਆ ਸੀਗਾ। ਠੀਕ ਹੈ, ਇਵਨ ਸਿੰਪਤੀ ਬੇਸ 'ਤੇ ਜਿਹੜਾ ਟਰੈਕਟਰ ਵਾਲਾ ਹੈ ਉਹ ਨਾਲ ਹੀ ਗਿਆ ਉਸਦੇ ਜੀ, ਉਹ ਬਿਲਕੁਲ ਬਿਲਕੁਲ ਸਾਈਡ ਲੱਗੀ ਹੈ ਜੀ ਉਸਦੇ, ਜਦੋਂ ਇਹਦਾ ਸਮਾਨ ਸੀਗਾ ਕੋਈ ਡੋਲ ਗਿਆ ਹੈਗਾ। ਠੀਕ ਹੈ, ਇੱਕ ਚੋਟ ਲੱਗੀ ਹੈ, ਹੈਡ ਇੰਜਰੀ ਹੈ, ਕੁਛ ਇਹਦੇ ਸਕ੍ਰੈਚਿਸ ਵਗੈਰਾ ਹੈਗੇ ਆ ਪੈਰ 'ਤੇ, ਕਾਫੀ ਟੈਂਪੂ ਡੈਮੇਜ ਜ਼ਰੂਰ ਕਾਫੀ ਹੋ ਗਿਆ, ਨੁਕਸਾਨ ਹੋ ਗਿਆ ਉਸਦਾ, ਬਿਲਕੁਲ ਬੰਦਾ ਇੱਕ ਵਾਰੀ ਹੋਸ਼ ਸੀਗਾ ਉਹਨੂੰ ਲੈ ਕੇ ਗਏ ਹੋਏ ਹੋਸਪਿਟਲ। ਠੀਕ, ਕ੍ਰੋਸ ਕੀਤਾ ਸੇਮ ਨਾਲ ਕ੍ਰੋਸ ਕੀਤਾ ਸੀ, ਖੇਤ ਉਤਰੇ ਹੀ ਆ ਨੀਚੇ, ਤੇ ਬਸ ਇੰਨੀ ਆਵਾਜ਼ ਆਈ ਤੇ ਬਾਹਰ ਆ ਗਏ ਸੀ। ਕਾਫੀ ਡੈਮੇਜ ਹੈ ਜੀ, ਨੁਕਸਾਨ ਤਾਂ ਹੋਇਆ ਜੀ ਉਸ ਆਪ ਦਾ, ਪਤਾ ਲੱਗਿਆ ਇਹ ਮੰਡੀਲੀ ਦਾ ਹੈ ਜੀ, ਸਾਧੂ ਸ਼ਹਿਰ ਦਾ ਹੈ ਜੀ, ਆਟੋ ਵਗੈਰਾ ਚਲਾਉਂਦਾ ਹੈਗਾ, ਤੇ ਸਮਾਨ ਲੈ ਕੇ ਆ ਰਿਹਾ ਸੀ ਅਬੋਹਰ। ਠੀਕ ਹੈ, ਐਕਸੀਡੈਂਟ ਹੋਇਆ, ਮੈਂ ਆਪਦੀ ਸਾਈਡ ਜਾਈ ਜਾਂਦਾ ਸੀ, ਠੀਕ ਹੈ, ਐਨਾ ਦੂਜੀ ਸਾਈਡ ਤੋਂ ਲਿਆ ਕੇ ਪਿਛਲੀ ਸਾਈਡ ਮੇਰੇ ਮਾਰਿਆ ਟਾਲੇ ਦੀ, ਹਾਲੇ ਤਾਂ ਨਿਸ਼ਾਨ ਪਿਆ, ਜ਼ਿਮੀਂਦਾਰ ਉੱਥੇ ਗਾਂ ਹੈਗਾ, ਕੱਢੀ ਜਾਂਦਾ ਉਹ ਗਾਹ ਹੈਗਾ, ਉਹਨੂੰ ਪੁੱਛਿਆ ਜਾਵੇ ਸੱਚ ਕੀ ਹੈਗਾ ਵੀ ਕਿਹਨੇ ਪਿੱਛੋਂ ਮਾਰਿਆ, ਕਿਹਨੂੰ ਅੱਗੋਂ ਮਾਰਿਆ, ਕਿਹਦੀ ਗਲਤੀ ਹੈ। ਸੂਚਨਾ ਮਿਲੀ 112 ਨੰਬਰ ਕਾਲ ਤੋਂ ਵੀ ਐਕਸੀਡੈਂਟ ਹੋਇਆ ਰਾਮਸਰਾ ਸਾਈਨ ਵਾਲੇ ਦੇ ਕੋਲ, ਤੁਰੰਤ ਪਹੁੰਚੇ ਤਾਂ ਦੇਖਿਆ ਵੀ ਇੱਕ ਆਟੋ ਅਤੇ ਟਰੈਕਟਰ ਟਰਾਲੀ ਵਾਲੇ ਦਾ ਐਕਸੀਡੈਂਟ ਹੋਇਆ, ਜਿਹਦੇ ਵਿੱਚ ਵੀ ਆਟੋ ਚਾਲਕ ਨੇ ਕੋਲੋਂ ਜ਼ਿਆਦਾ ਪਤਾ ਸੀ, ਉਹਨੂੰ 108 ਐਂਬੂਲੈਂਸ ਰਾਹੀਂ ਅਸੀਂ ਹੋਸਪਿਟਲ ਭੇਜਿਆ ਗਿਆ ਜੀ, ਹੁਣ ਉੱਥੇ ਜ਼ੇਰੇ ਇਲਾਜ ਜੀ। ਸਰ ਇਹੀ ਹੈ ਵੀ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਹੋਰ ਹੁੰਦਾ ਤਾਂ 112 'ਤੇ ਕੋਲ ਕਰਿਆ ਕਰੋ, ਨਾਲ 108 'ਤੇ ਵੀ ਕਰਿਆ ਕਰੋ, ਕਿਉਂਕਿ 112 ਦੀ ਸਰਵਿਸ ਅੱਜ ਕੱਲ੍ਹ ਥੋੜ੍ਹੀ ਜ਼ਿਆਦਾ ਫਾਸਟ ਹੋ ਰਹੀ, ਨਾਲ ਦੇ ਨਾਲ ਅਸੀਂ ਪਹੁੰਚ ਰਹੇ।